ਮੈਂ ਤੇ ਅੱਜ ਐਮਪੀ ਦਾ ਔਰਾ ਖੜਾ ਕਰਕੇ ਤੇ ਉਹ ਮਤਲਬ ਸੁਭਾਅ ਚ ਚੇਂਜ ਲਿਆ ਕੇ ਠੀਕ ਹੈ ਕੁਝ ਸਮੇਂ ਵਾਸਤੇ ਸਰ ਜ਼ਿਆਦਾ ਹੋਊਗੀ ਲੋਕੀ ਠੀਕ ਆ ਮੂੰਹ ਤੇ ਨਹੀਂ ਕਹਿੰਦੇ ਲੋਕ ਪਰ ਪਿੱਠ ਪਿੱਛੇ ਲੋਕ ਬਹੁਤ ਗੱਲਾਂ ਕਰਦੇ ਜਿਹੜਾ ਇਹੋ ਜਿਹਾ ਸੋ ਮੈਂ ਇੱਕ ਮਨ ਚ ਜਾਂ ਪਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਨਿਉ ਕੇ ਚੱਲਣ ਦੀ ਆਦਤ ਹੈ ਕਦੀ ਮੈਂ ਹਮੇਸ਼ਾ ਹੀ ਜਿਹੜੇ ਵੀ ਸੱਜਣ ਮਿੱਤਰ ਮਿਲਦੇ ਮੈਂ ਹੱਸੂੰਗਾ ਮੈਂ ਯਾਰ ਐਮਪੀ ਤੇ ਮੈਂ ਦਿੱਲੀ ਛੱਡ ਆਇਆ ਉਹਨੂੰ ਮੈਂ ਨਾਲ ਲੈ ਕੇ ਆਉਂਦਾ ਇਹਨਾਂ ਨੂੰ ਕਿਹਾ ਯਾਰ ਤੂੰ ਇੱਥੇ ਰਹਿ ਮੈਂ ਆਪਣੇ ਪਰਿਵਾਰਾਂ 'ਚ ਜੰਨਿਆ ਇੱਕ ਪਰਿਵਾਰ ਬਣ ਕੇ ਵਿਚਰਨਾ ਹੈ ਪਰਿਵਾਰ ਹੈ ਸਾਡਾ ਇਹ ਸਾਨੂੰ ਇੱਥੇ ਪੰਜਾਬ 'ਚ ਓਪਰਚੁਨਿਟੀ ਨਹੀਂ ਮਿਲਦੀ ਨਹੀਂ ਓਪਰਚੁਨਿਟੀ ਹੈਗੀ ਹੈਗੀ ਹੈ ਤੁਸੀਂ ਤੁਸੀਂ ਉਸ ਲੈਵਲ ਤੱਕ ਪੜ੍ਹਦੇ ਨਹੀਂ ਤੁਸੀਂ ਉਸ ਲੈਵਲ ਤੱਕ ਜਾਂਦੇ ਹੀ ਨਹੀਂ ਹੁਣ ਅੱਜ ਆਈਏਐਸ ਆਈਪੀਐਸ ਜਿਹੜੇ ਸਿਲੈਕਟ ਹੁੰਦੇ ਨੇ ਸਾਡੇ ਕਿਉਂ ਨਹੀਂ ਪੰਜਾਬ ਦੇ ਜਾ ਰਹੇ ਕਿਉਂਕਿ ਜਿਹੜੇ ਜਿਹਨਾਂ ਕੋਲ ਸਮਰੱਥਾ ਹੈ ਪੜ੍ਹਨ ਦੀ ਜਿਹਨਾਂ ਕੋਲ ਦਿਮਾਗ ਹੈ ਉਹ ਕੁਝ ਤਾਂ ਮਾਪੇ ਡਰਦੇ ਬਾਹਰ ਘੱਟ ਭੇਜੀ ਜਾਂਦੇ ਆ ਕੁਛ ਲੋਕਾਂ ਨੇ ਇੱਕ ਦੋਸਤ ਬਾਹਰ ਚਲੇ ਗਏ ਮੈਂ ਵੀ ਚਲੇ ਜਾਣਾ ਕੁਝ ਉਹ ਵੀ ਤੁਰੇ ਜਾਂਦੇ ਨੇ ਤੇ ਜਦੋਂ ਆਪਾਂ ਪੜ੍ਹਨਾ ਹੀ ਨਹੀਂ ਉਸ ਲੈਵਲ ਤੱਕ ਜਾਣਾ ਹੀ ਨਹੀਂ ਫਿਰ ਆਪਾਂ ਕਿਸੇ ਨੂੰ ਕੋਈ ਮਾੜਾ ਕਹਿੰਦੇ ਸਾਨੂੰ ਕੀ ਮੌਕਾ ਨਹੀਂ ਮਿਲਦਾ ਪੜ੍ਹਨ ਦਾ ਜੇ ਤੁਸੀਂ 25 ਸਾਲ ਉਮਰ ਹੈ ਤੁਹਾਡੀ 20 ਸਾਲ ਉਮਰ ਹੈ ਤੁਹਾਨੂੰ 12ਵੀਂ ਤੱਕ ਮਾਂ ਬਾਪ ਨੇ ਪੜ੍ਹਾਇਆ ਨਾ ਤੇ 12ਵੀਂ ਤੱਕ ਆਪਾਂ ਲਗਨ ਨਾਲ ਕਿਉਂ ਨਹੀਂ ਪੜ੍ਹਿਆ